ਇਨੀ ਦਿਨੀ ਰਸ਼ੀਆ ਅਤੇ ਯੂਕਰੇਨ ਵਿੱਚ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਹਨ ਜਿਸ ਨੂੰ ਸੰਸਾਰ ਭਰ ਵੱਲੋਂ ਤੀਸਰੇ ਵਿਸ਼ਵ ਯੁੱਧ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਗੱਲ ਕਰਦੇ ਹਾਂ ਜੀ ਯੂਕਰੇਨ ਅਤੇ ਰੂਸ ਵਿੱਚ ਕੀ ਵਿਵਾਦ ਹੈ। ਇਹ ਗੱਲ ਹੈ ਜੀ 9ਵੀਂ ਸਦੀ ਦੀ। ਉਸ ਸਮੇਂ ਕੇਵਲ ਰੂਸ ਨਾਮ ਦਾ ਇੱਕ ਰਾਜ ਸੀ ਜਿਸ ਦੀ ਰਾਜਧਾਨੀ ਸੀ ਕੀਵ। ਇਹ ਇੱਕ ਕਾਫੀ ਵੱਡਾ ਐਮਪਾਇਰ ਸੀ ਜਿਸ ਵਿੱਚ ਅੱਜ ਦੇ ਬੇਲਾਰੂਸ ਰਸ਼ੀਆ ਅਤੇ ਯੂਕਰੇਨ ਆਦਿ ਦੇਸ਼ ਸ਼ਾਮਲ ਸਨ। 12ਵੀਂ ਸਦੀ ਵਿੱਚ ਜਦੋਂ ਇਸ ਐਮਪਾਇਰ ਦਾ ਪਤਨ ਹੋਇਆ ਤਾਂ ਇਹ ਸਾਰੇ ਦੇਸ਼ ਆਜ਼ਾਦ ਹੋ ਗਏ। ਬਾਅਦ ਵਿੱਚ 1918 ਵਿੱਚ ਯੂਕਰੇਨ ਵੀ ਆਜ਼ਾਦ ਹੋਇਆ ਪਰ 1921 ਵਿੱਚ ਲੈਨਿਨ ਦੀ ਆਰਮੀ ਵੱਲੋਂ ਇਸ ਨੂੰ ਫਿਰ ਕਬਜ਼ਾ ਕਰ ਲਿਆ ਗਿਆ। ਇਸ ਤੋਂ ਬਾਅਦ 1922 ਵਿੱਚ ਬਣਿਆ USSR ਯਾਨੀ ਕਿ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ। 1991 ਵਿੱਚ ਕੋਲਡ ਵਾਰ ਦੇ ਦੌਰਾਨ ਸੋਵੀਅਤ ਯੂਨੀਅਨ ਟੁੱਟਣ ਕਰਕੇ ਯੂਕਰੇਨ ਇੱਕ ਆਜ਼ਾਦ ਦੇਸ਼ ਬਣਿਆ। ਉਸ ਸਮੇਂ ਯੂਕਰੇਨ ਕੋਲ ਦੁਨੀਆ ਦਾ ਤੀਜਾ ਸਭ ਤੋਂ ਵੱਧ ਐਟੋਮਿਕ ਆਰਸੈਨਿਕ ਮੌਜੂਦ ਸੀ ਜੋ ਕਿ ਇੱਕ ਰਾਜਨੀਤਿਕ ਸਮਝੌਤੇ ਦੌਰਾਨ ਯੂਕਰੇਨ ਨੇ ਰੂਸ ਨੂੰ ਦੇ ਦਿੱਤਾ ਜਿਸ ਦੇ ਬਦਲੇ ਰੂਸ ਨੇ ਯੂਕਰੇਨ ਦੀ ਸੁਰੱਖਿਆ ਨੂੰ ਪੁਖਤਾ ਰੱਖਦੇ ਉਸ 'ਤੇ ਕੋਈ ਵੀ ਹਮਲਾ ਨਾ ਕਰਨ ਦਾ ਸਮਝੌਤਾ ਕੀਤਾ। ਹੁਣ ਤੱਕ ਯੂਕਰੇਨ ਅਤੇ ਰੂਸ ਦੇ ਸੰਬੰਧ ਕਾਫੀ ਵਧੀਆ ਚੱਲ ਰਹੇ ਸੀ। ਫਿਰ 2013 ਵਿੱਚ ਆਇਆ ਰੈਵੋਲਿਊਸ਼ਨ ਆਫ ਡਿਗਨਿਟੀ ਜੋ ਕਿ ਉਸ ਸਮੇਂ ਦੇ ਪ੍ਰੈਜ਼ੀਡੈਂਟ ਵੱਲੋਂ ਯੂਰਪੀਅਨ ਯੂਨੀਅਨ ਨਾਲ ਪੋਲੀਟੀਕਲ ਐਸੋਸੀਏਸ਼ਨ ਐਂਡ ਫਰੀ ਟ੍ਰੇਡ ਐਗਰੀਮੈਂਟ ਸਾਈਨ ਨਾ ਕਰਨ ਕਾਰਨ ਹੋਇਆ। ਇਸ ਦਾ ਅਸਰ ਇਹ ਹੋਇਆ ਕਿ ਪ੍ਰੋ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਯੂਕਰੇਨ ਛੱਡਣਾ ਪਿਆ ਜਿਸ ਦੇ ਬਦਲੇ ਵਜੋਂ ਰਸ਼ੀਆ ਨੇ ਕ੍ਰੀਮੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕ੍ਰੀਮੀਆ ਨੂੰ ਰਸ਼ੀਆ ਨੇ ਇੱਕ ਰੈਫਰੈਂਡਮ ਕਰਵਾ ਕੇ ਆਪਣੇ ਕਬਜ਼ੇ ਵਿੱਚ ਲਿਆ ਪਰ ਸਾਰੇ ਦੇਸ਼ ਇਸ ਰੈਫਰੈਂਡਮ ਨੂੰ ਮਾਨਤਾ ਨਹੀਂ ਦਿੰਦੇ। ਹੁਣ ਗੱਲ ਕਰਦੇ ਹਾਂ ਕਿ ਵਾਰ ਕਿਵੇਂ ਸ਼ੁਰੂ ਹੋਈ। ਯੂਕਰੇਨ ਦੇ ਰਸ਼ੀਆ ਦੇ ਬਾਰਡਰ ਨਾਲ ਲੱਗਦੇ ਦੋ ਇਲਾਕੇ ਹਨ ਡੋਨੈਸਕ ਅਤੇ ਲੋਹਾਂਸਕ ਜਿੱਥੇ ਉਹ ਲੋਕ ਰਹਿੰਦੇ ਹਨ ਜੋ ਰਸ਼ੀਆ ਨੂੰ ਸਪੋਰਟ ਕਰਦੇ ਹਨ। ਇਹਨਾਂ ਨੂੰ ਰਸ਼ੀਅਨ ਸੈਪਰੇਸਟ ਵੀ ਕਿਹਾ ਜਾਂਦਾ ਹੈ। ਇਹ ਲੋਕਾਂ ਰਸ਼ੀਆ ਤੋਂ ਮਦਦ ਮੰਗੀ ਕਿ ਸਾਨੂੰ ਯੂਕਰੇਨ ਸਰਕਾਰ ਤੋਂ ਬਚਾਇਆ ਜਾਵੇ ਜਿਸ ਕਾਰਨ ਰਸ਼ੀਆ ਪੂਰੀ ਤਰ੍ਹਾਂ ਇਹਨਾਂ ਦੇ ਸਮਰਥਨ ਵਿੱਚ ਆ ਗਿਆ ਅਤੇ ਉਸਨੇ ਡੋਨੈਸਕ ਅਤੇ ਲੋਹਾਂਸਕ ਨੂੰ ਇੱਕ ਆਜ਼ਾਦ ਖੇਤਰ ਘੋਸ਼ਿਤ ਕਰ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਕਿ ਇਸ ਸਭ ਵਿੱਚ USA ਅਤੇ ਨਾਟੋ ਦਾ ਕੀ ਸੰਬੰਧ ਹੈ। ਨਾਟੋ ਜਿਸ ਨੂੰ ਨੌਰਥ ਅਟਲਾਂਟਿਕ ਟ੍ਰੀਟੀ ਔਰਗਨਾਈਜੇਸ਼ਨ ਕਿਹਾ ਜਾਂਦਾ ਹੈ ਇਹ USSR ਦੇ ਸਮੇਂ ਕਾਫੀ ਥੋੜ੍ਹੇ ਦੇਸ਼ਾਂ ਦਾ ਇੱਕ ਸਮੂਹ ਸੀ ਜਿਸ ਦਾ ਕੰਮ ਸੀ ਉਹਨਾਂ ਵਿੱਚੋਂ ਜੇ ਕਿਸੇ ਵੀ ਦੇਸ਼ ਉੱਪਰ ਕੋਈ ਹਮਲਾ ਕਰਦਾ ਸੀ ਤਾਂ ਨਾਟੋ ਉਸ ਨੂੰ ਡਿਫੈਂਸ ਪ੍ਰੋਵਾਈਡ ਕਰਵਾਉਂਦਾ ਸੀ ਯਾਨੀ ਕਿ ਸਾਰੇ ਦੇਸ਼ ਰਲ ਕੇ ਅਤੇ ਡਿਫੈਂਸ ਸਿਸਟਮ ਡਿਫੈਂਸ ਅਲਾਇੰਸ ਬਣਾਉਂਦੇ ਸੀ ਜਿਸ ਨੂੰ US ਲੀਡ ਕਰਦਾ ਹੈ। ਸੋਵੀਅਤ ਯੂਨੀਅਨ ਖਤਮ ਹੋਣ ਤੋਂ ਬਾਅਦ ਇਸ ਵਿੱਚ ਹੋਰ ਵੀ ਕਾਫੀ ਸਾਰੇ ਦੇਸ਼ ਸ਼ਾਮਲ ਹੋਏ ਜਿਨ੍ਹਾਂ ਵਿੱਚ ਉਹ ਦੇਸ਼ ਵੀ ਹਨ ਜੋ ਕਿਸੇ ਸਮੇਂ ਸੋਵੀਅਤ ਯੂਨੀਅਨ ਦਾ ਹਿੱਸਾ ਸਨ। ਨਾਟੋ ਨੂੰ ਐਂਟੀ USSR ਸੰਗਠਨ ਵੀ ਮੰਨਿਆ ਜਾਂਦਾ ਹੈ। ਹੁਣ ਨਾਟੋ ਵਿੱਚ 30 ਦੇਸ਼ ਸ਼ਾਮਲ ਹਨ। ਯੂਕਰੇਨ ਜੋ ਕਿ ਚਾਰੋਂ ਤਰਫ ਤੋਂ ਯੂਰਪ ਨਾਲ ਘਿਰਿਆ ਹੋਇਆ ਹੈ ਉਸਦੇ ਕਾਫੀ ਗੁਆਂਢੀ ਦੇਸ਼ ਜਿਵੇਂ ਰੋਮਾਨੀਆ ਪੋਲੈਂਡ ਅਤੇ ਆਸਟਰੀਆ ਨਾਟੋ ਦੇ ਮੈਂਬਰ ਹਨ। ਹੁਣ ਯੂਕਰੇਨ ਵੀ ਚਾਹੁੰਦਾ ਹੈ ਕਿ ਉਹ ਨਾਟੋ ਵਿੱਚ ਸ਼ਾਮਲ ਹੋ ਜਾਵੇ ਜੋ ਕਿ ਰਸ਼ੀਆ ਨੂੰ ਹਰਗਿਜ਼ ਮਨਜ਼ੂਰ ਨਹੀਂ ਹੈ ਕਿਉਂਕਿ ਇਸ ਨਾਲ ਨਾਟੋ ਰਸ਼ੀਆ ਦੀ ਸਰਹੱਦ ਤੱਕ ਪਹੁੰਚ ਜਾਏਗਾ ਜੋ ਕਿ ਰਸ਼ੀਆ ਕਦੇ ਵੀ ਨਹੀਂ ਚਾਹੇਗਾ। ਹੁਣ ਰਸ਼ੀਆ ਚਾਹੁੰਦਾ ਹੈ ਕਿ ਯੂਕਰੇਨ ਨੂੰ ਡੀਮਿਲਟਰਾਈਜ਼ ਕਰਕੇ ਇਸ ਨੂੰ ਇੱਕ ਨਿਊਟਰਲ ਸਟੇਟ ਬਣਾ ਦਿੱਤਾ ਜਾਵੇ ਪਰ ਯੂਕਰੇਨ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਉਹ ਸਰੈਂਡਰ ਨਹੀਂ ਕਰੇਗਾ ਅਤੇ ਆਪਣੀ ਆਜ਼ਾਦੀ ਕਿਸੇ ਵੀ ਕੀਮਤ 'ਤੇ ਨਹੀਂ ਖੋਏਗਾ। ਨਾਲ ਹੀ ਯੂਕਰੇਨ ਨੇ ਦੂਸਰੇ ਦੇਸ਼ਾਂ ਨੂੰ ਉਸਦੀ ਮਦਦ ਦੀ ਅਪੀਲ ਵੀ ਕੀਤੀ ਹੈ ਜਿਸ ਨੂੰ ਦੇਖਦੇ ਹੋਏ USA ਕੈਨੇਡਾ ਜਰਮਨ ਅਤੇ ਹੋਰ ਕਾਫੀ ਯੂਰਪੀਅਨ ਦੇਸ਼ਾਂ ਨੇ ਰਸ਼ੀਆ ਉੱਤੇ ਕਾਫੀ ਪ੍ਰਤੀਬੰਧ ਲਗਾ ਦਿੱਤੇ ਹਨ। ਹੁਣ ਗੱਲ ਕਰਦੇ ਹਾਂ ਕਿ ਇਸ ਦਾ ਵਿਸ਼ਵ ਉੱਤੇ ਕੀ ਅਸਰ ਪਏਗਾ। ਇਸ ਨਾਲ ਗਲੋਬਲ ਇਕਨੋਮੀ ਦੇ ਪ੍ਰਾਈਜ਼ ਕਾਫੀ ਇਨਕਰੀਜ਼ ਹੋ ਜਾਣਗੇ ਕਿਉਂਕਿ ਰਸ਼ੀਆ ਕਾਫੀ ਸਾਰੀਆਂ ਧਾਤਾਂ ਓਇਲ ਅਤੇ ਨੈਚੁਰਲ ਗੈਸ ਆਦਿ ਦਾ ਕਾਫੀ ਵੱਡਾ ਐਕਸਪੋਰਟਰ ਹੈ। ਉੱਥੇ ਹੀ ਜੇਕਰ ਗੱਲ ਕਰੀਏ ਯੂਕਰੇਨ ਦੀ ਤਾਂ ਯੂਕਰੇਨ ਨੂੰ ਯੂਰਪ ਦਾ ਬ੍ਰੈਡ ਬਾਸਕਟ ਵੀ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।